ਕੱਲ ਦੁਪਹਿਰ 1 ਵਜੇ ਹੋਏਗੀ ਪੰਜਾਬ ਕੈਬਨਿਟ ਦੀ ਬੈਠਕ। ਉਸ ਤੋਂ ਪਹਿਲਾਂ ਸਵੇਰੇ 11 ਵਜੇ ਅਕਾਲੀ ਦਲ ਕੋਰ ਕਮੇਟੀ ਦੀ ਵੀ ਬੈਠਕ। SYL ਦੇ ਮੁੱਦੇ ਤੇ ਸਰਕਾਰ ਦੀ ਰਣਨੀਤੀ ਤੇ ਹੋਏਗੀ ਚਰਚਾ। SYL ਦੇ ਮੁੱਦੇ ਤੇ ਕਾਂਗਰਸ 17 ਤਰੀਕ ਨੂੰ ਕਰੇਗੀ ਰਾਸ਼ਟਰਪਤੀ ਦੇ ਨਾਲ ਮੁਲਾਕਾਤ। ਮੁੱਖ ਮੰਤਰੀ ਬਾਦਲ ਦੇ ਵੱਲੋਂ ਕਾਂਗਰਸ ਨੂੰ ਵਿਧਾਨ ਸਭਾ ਇਜਲਾਸ ਚੋਣ ਦੀ ਅਪੀਲ ਤੇ ਕੈਪਟਨ ਨੇ ਪੁੱਛਿਆ ਇਜਲਾਸ ਦਾ ਏਜੰਡਾ। ਕਿਹਾ ਰਾਜਪਾਲ ਅਤੇ ਕੇਂਦਰ ਸਰਕਾਰ ਦੇਣ ਭਰੋਸਾ ਕਿ ਵਿਧਾਨ ਸਭਾ ਦੇ ਵੱਲੋਂ ਪਾਸ ਕਿਸੇ ਵੀ ਕਾਨੂੰਨ ਨੂੰ ਮਿਲੇਗੀ ਮਾਨਤਾ। ਜਲੰਧਰ ਵਿੱਚ ਸੂਬਾ ਪ੍ਰਧਾਨ ਵਿਜੇ ਸਾਂਪਲਾ ਦੀ ਅਗਵਾਈ 'ਚ ਹੋਈ ਪੰਜਾਬ BJP ਕੋਰ ਗਰੁੱਪ ਦੀ ਬੈਠਕ। ਪੰਜਾਬ ਇੰਚਾਰਜ ਨਰਿੰਦਰ ਤੋਮਰ ਵੀ ਰਹੇ ਮੌਜੂਦ। 20 ਨਵੰਬਰ ਨੂੰ ਅਮਿਤ ਸ਼ਾਹ ਦੀ ਜਲੰਧਰ ਫੇਰੀ ਅਤੇ ਚੋਣਾਂ ਮੁਤਲਕ ਹੋਈ ਚਰਚਾ। ਨੋਟਬੈਂਦ ਦੇ ਫੈਸਲੇ ਤੋਂ ਪਿੱਛੇ ਨਹੀਂ ਹਟੇਗੀ ਸਰਕਾਰ, ਪੂਰਾ NDA ਖੜਾ ਹੋਇਆ ਹਿਮਾਇਤ ਦੇ ਵਿੱਚ। BJP ਪਾਰਲੀਮਾਨੀ ਕਮੇਟੀ ਦੀ ਬੈਠਕ ਦੇ ਵਿੱਚ PM ਮੋਦੀ ਬੋਲੇ, ਪੂਰੇ ਦੇਸ਼ ਦੀ ਜਨਤਾ ਹੈ ਸਾਡੇ ਨਾਲ। ਕਾਲਾ ਧਨ ਰੱਖਣ ਵਾਲਿਆਂ ਤੇ PM ਮੋਦੀ ਦਾ ਵਾਰ। UP ਦੇ ਗਾਜ਼ੀਪੁਰ ਵਿੱਚ ਬੋਲੇ, ਬਚਪਨ ਤੋਂ ਕੜਕ ਚਾਹ ਬਣਾਉਂਦਾ ਹਾਂ, ਇਸੇ ਲਈ ਕੀਤਾ ਨੋਟ ਬੈਨ ਦਾ ਕਰੜਾ ਫੈਸਲਾ। ਨੋਟ ਬੈਨ ਤੇ ਸਰਕਾਰ ਨੂੰ ਪਾਰਲੀਮੈਂਟ ਦੇ ਵਿੱਚ ਘੇਰਨ ਦੀ ਤਿਆਰੀ। ਕਾਂਗਰਸ ਦੀ ਬੁਲਾਈ ਬੈਠਕ ਦੇ ਵਿੱਚ ਕੱਲ੍ਹ ਦੁਪਹਿਰ 2 ਵਜੇ ਫਿਰ ਇਕੱਠੇ ਹੋਣਗੇ ਵਿਰੋਧੀ ਧਿਰ ਦੇ ਆਗੂ। 16 ਨਵੰਬਰ ਨੂੰ ਰਾਸ਼ਟਰਪਤੀ ਦੇ ਨਾਲ ਕਰਨਗੇ ਮੁਲਾਕਾਤ। ਜੰਮੂ ਕਸ਼ਮੀਰ ਵਿੱਚ LOC ਤੇ ਜਵਾਬੀ ਫਾਇਰਿੰਗ ਵਿੱਚ 7 ਪਾਕਿਸਤਾਨੀ ਢੇਰ। ਪਾਕਿਸਤਾਨ ਦੀ ਏਜੰਸੀ ISPR ਦਾ ਦਾਅਵਾ। ਤਾਂ ਉਧਰ ਨੌਗਾਮ ਵਿੱਚ ਸੁਰੱਖਿਆ ਦਸਤਿਆਂ ਨੇ ਢੇਰ ਕੀਤਾ ਇੱਕ ਦਹਿਸ਼ਤਗਰਦ। ਮਾਰੇ ਗਏ ਦਹਿਸ਼ਤਗਰਦ ਤੋਂ ਹਥਿਆਰ ਵੀ ਬਰਾਮਦ। ਦਿੱਲੀ ਦੇ ਵਿੱਚ ਹੋਈ ਭਾਰਤ ਕੌਮਾਂਤਰੀ ਵਪਾਰ ਮੇਲਾ 2016 ਦੀ ਸ਼ੁਰੂਆਤ। ਇਸ ਵਾਰੀ ਫੋਕਸ ਸਟੇਟ ਹਰਿਆਣਾ। ਮੁੱਖ ਮੰਤਰੀ ਮਨੋਹਰ ਲਾਲ ਉਦਘਾਟਨ ਮੌਕੇ ਤੇ ਰਹੇ ਮੌਜੂਦ। ਮੇਲੇ ਦੇ ਵਿੱਚ ਹਰਿਆਣਾ ਸਵਰਨ ਜਯੰਤੀ, ਕੌਮਾਂਤਰੀ ਗੀਤਾ ਜਯੰਤੀ ਤੇ ਡਿਜੀਟਲ ਹਰਿਆਣਾ ਦਾ ਅਨੋਖਾ ਸੁਮੇਲ। ਪੂਰੀ ਦੁਨੀਆ ਵਿੱਚ ਗੁਰਪੁਰਬ ਦੀਆਂ ਰੌਣਕਾਂ। ਸ੍ਰੀ ਦਰਬਾਰ ਸਾਹਿਬ ਵਿਖੇ ਨਜ਼ਰ ਆਇਆ ਅਲੌਕਿਕ ਦ੍ਰਿਸ਼। ਆਤਿਸ਼ਬਾਜ਼ੀ ਅਤੇ ਦੀਪਮਾਲਾ ਦੀ ਵੇਖਣ ਨੂੰ ਮਿਲੀ ਝਲਕ। ਵੱਡੀ ਗਿਣਤੀ ਵਿੱਚ ਸੰਗਤ ਹੋਈ ਗੁਰੂ ਘਰ ਨਤਮਸਤਕ।